ਸਜਾਦਿਆਂ ਵਾਲਾ। ਹਾਂ ਜੀ, ਪਾਂਡਾ ਜੱਟ ਫਰੈਸ਼ ਵਾਲਾ ਲੱਗ ਗਿਆ ਨੌਜਵਾਨ ਤੇ ਛੱਲੀ ਸਾਹਿਬ ਪਾੜੀ ਲਾਉਣੀ ਆ ਮੁੰਡੇ ਵਾਲੀ ਹੱਥ ਖੋਲੋ ਜੀ। ਪਹਿਲਾ ਪੁਆਇੰਟ ਨੌਜਵਾਨ ਸਲੀਮ ਛੱਲੀ ਮਾਓ। ਅੱਜ ਦਾ ਟੂਰਨਾਮੈਂਟ ਕਬੱਡੀ ਜਾਨ ਪੰਜਾਬੀਆਂ ਲਈ ਫੇਸਬੁੱਕ ਤੇ ਲਾਈਵ ਆਰ ਬਾਈ ਅਨਾਮਨ ਰਮਾਨ ਗੁੱਜਰ ਸਾਹਿਬ ਐਡਮਿਨ ਕਬੱਡੀ ਵਾਲਾ ਜੀ ਰਾਣਾ ਮੋਨੀ ਦੇ ਛਾਨੀ ਜੱਟ। ਹਾਂ ਜੀ, ਕਬੱਡੀ ਵੀ ਤਗੜਾ ਰਾਣਾ ਮੋਨੀ ਜੀ ਸਾਹ ਸ਼ਰੀਫ ਕਬੱਡੀ ਕਲੱਬ ਦਾ ਟਾਪ ਦਾ ਜਾਫੀ ਆ। ਲਓ ਕੱਲੇ ਨੂੰ ਕੱਲਾ ਜਵਾਨੀ ਮਾਣ ਮਤੀਏ ਰੂਪ ਗਵਾਣ ਪੜ ਗਿਆ। ਤਾਲੀ ਲਾਉਣੀ ਆ ਮੁੰਡੇ ਲਈ ਰਾਣਾ ਮੋਨੀ। ਹਾਂ ਜੀ, ਛਾਨੀ ਜੱਟ ਫਰੈਸ਼ ਵਾਲਾ ਨੌਜਵਾਨ ਕਹਿੰਦੇ, ਲੇਕਿਨ ਰਾਣਾ ਮੋਨੀ ਪਰ ਪੁਆਇੰਟ ਹੈ ਜੀ ਅਸਲ ਕਬੱਡੀ ਦਾ ਮਰਾਤਬ ਭੰਬੇ ਕਬੱਡੀ ਟੀਮ ਦੀ। ਅਗਲੀ ਕਬੱਡੀ ਮੈਦਾਨ ਵਿੱਚ ਨੌਜਵਾਨ ਲੱਡੂ ਭੱਟੀ ਪਿੰਡ ਕੀਰ ਕਿਲਾ ਤਲਕ ਹੈ ਨੌਜਵਾਨ ਦਾ। ਕਮਾਈ ਕੀਤਿਆਂ ਸੱਜਣਾ ਦੌਲਤ ਮਿਲਦੀ ਤੇ ਸ਼ੋਹਰਤ ਮਿਲਦੀ ਹੈ ਨਾਲ ਮੁਕਦਰਾਂ ਦੇ। ਖੇਡਣ ਕਬੱਡੀਆਂ ਰੱਬ ਨੇ ਰੂਪ ਬਖਸ਼ੇ ਮਹਿੰਗੇ ਮੁਰਜੀ ਇਰਫਾਨ ਜੀ। ਪੰਜਾਬ ਪੁਲਿਸ ਵਾਲਾ ਜਾਫੀ ਨੌਜਵਾਨ ਪੁੱਠੀ ਪਾਈ ਹੈ ਨੌਜਵਾਨ ਦੀ। ਤਾਲੀ ਲਾਉਣੀ ਹੈ ਲੱਡੂ ਭੱਟੀ ਪਿੰਡ ਕੀਰ ਕਿਲਾ ਭੰਬਿਆਂ ਵਾਲਿਓ। ਕੌਡੀ ਦਾ ਸਵਾਦ ਆ ਜੀ, ਇੱਕ ਵਾਰੀ ਤਾਲੀ ਲਾਉਣੀ ਹੱਥ ਖੋਲ ਕੇ ਦੋਵਾਂ ਟੀਮਾਂ ਦੇ ਲਈ। ਹਾਂ ਜੀ, ਆਪ ਮਰਹੂਮ ਦੀ ਯਾਦ ਵਿੱਚ ਕਬੱਡੀ ਦਾ ਖੇਡ ਮੇਲਾ ਲਹੂਰਾ ਭੱਟੀ। ਹਾਂ ਜੀ, ਰਾਣਾ ਮੋਨੀ ਬਲਾਲ ਗੁੱਜਰ ਟਾਪ ਦੇ ਜਾਫੀ ਨੇ ਵਿੱਚ ਮੈਦਾਨ ਦੇ। ਕੌਡੀ ਪਾਉਂਦਾ ਚਾਰ ਜਾਫੀਆਂ ਦੇ ਮਰਾਤਬ ਭੰਬੇ ਕਬੱਡੀ ਕਲੱਬ ਦਾ ਕਬੱਡਾ ਜੀ ਵਿੱਚ ਮੈਦਾਨ ਦੇ। ਹਾਂ ਜੀ, ਹਲਕਾ ਜਿਹਾ ਪੰਚਮ ਜੀ ਸੀਗਾ ਭੱਟੀ ਚੰਦਰਾਵਾਂ ਵਾਲਾ ਲੱਗਿਆ ਜੀ। ਖਾਲ ਭੱਟੀ ਦੇ ਪਿੰਡ ਦਾ ਨੌਜਵਾਨ ਭੱਟੀ ਚੰਦਰਾਵ ਜੀ। ਪੁਆਇੰਟ ਜਾਫੀ ਦਾ ਪੁਆਇੰਟ ਉਸਤਾਦ ਬਸ਼ੀਰ, ਉਸਤਾਦ ਅਹਿਮਦ ਡੋਗਰ, ਉਸਤਾਦ ਮਲਕ ਲਾਕ, ਉਸਤਾਦ ਮਲਕ ਲਤੀਫਰ, ਜਿੰਨੇ ਵੀ ਸਾਡੇ ਸਾਬਕਾ ਕਬੱਡੀ ਦੇ ਪਲੇਅਰ ਨੇ, ਔਰ ਮੁਹੰਮਦ ਸੈਨ ਡੋਗਰ ਰੇਂਜਰ ਜੀ ਸਾਡਾ। ਹਾਂ ਜੀ, ਫੈਸਲ ਬਿੱਲਾ ਜੀ ਕਬੱਡੀ ਦਾ ਨਾਂ ਵੀ ਪੰਜਾਬ ਪਾਕ ਆਰਮੀ ਨਾਲ ਤਲਕ ਲਾਲੇ ਸ਼ਗੀਰ ਯੂਨਿਟ ਦਾ ਕਬੱਡੀ ਨੌਜਵਾਨ ਫੈਸਲ ਬਿੱਲਾ। ਹਾਂ ਜੀ, ਫਾਨਾ ਜੱਟ ਫਰੈਚ ਵਾਲਾ ਪਰ ਇਸ ਵੇਲੇ ਪੁਆਇੰਟ ਹੈ ਜੀ ਵਿੱਚ ਮੈਦਾਨ ਦੇ ਉਸਤਾਦ ਸ਼ਰੀਫ ਕਬੱਡੀ ਕਲੱਬ ਦੇ ਲਈ। ਹਾਂ ਜੀ, ਕਬੱਡੀ ਦਾ ਨਾਂ ਜੀ ਅਲਤਾਫ ਤਾਫਾ। ਹਾਂ ਜੀ, ਪਿੰਡ ਭੰਬਿਆਂ ਨਾਲ ਤਲਕ ਹੈ ਨੌਜਵਾਨ ਦਾ ਕਬੱਡੀ ਚਾਜੀ ਬਲਾਲ ਗੁਜਰ ਨਾਲ ਪੈ ਚੁੱਕਿਆ। ਤਾਲੀ ਲਾਉਣੀ ਹੈ ਮੁੰਡੇ ਦੇ ਲਈ ਅਲਤਾਫ ਤਾਫਾ ਜੀ, ਪਹਿਲਾ ਪੁਆਇੰਟ ਨੌਜਵਾਨ ਦਾ ਜੀ। ਹਾਂ ਜੀ, ਛੱਲੀ ਮੈਂ ਉਹ ਸ਼ਹਾਬਿਆਂ ਵਾਲਾ ਮਤਾਬ ਖਾਂ ਦਾ ਕਹਿੰਦੇ ਲਈ ਸਾਂਭਿਆ ਹੋਇਆ ਨੌਜਵਾਨ ਪੰਜਾਬ ਕਬੱਡੀ ਦੇ ਟਾਪ ਦੇ ਵੀਰਾਂ ਦੇ ਕੌਡੀ ਪਾਉਣਾ। ਲੋ ਹਲਕਾ ਜਿਹਾ ਟਾਚਾ ਨੌਜਵਾਨ ਦਾ ਹਾਜੀ ਨਵੇਦ ਗਿੱਲ ਦੀ ਜਿਸ ਵੇਲੇ ਪੁਆਇੰਟ ਹੈ ਜੀ ਕਬੱਡੀ ਦਾ ਪੁਆਇੰਟ ਉਸਤਾਦ ਸ਼ਰੀਫ ਕਬੱਡੀ ਕਲੱਬ ਦਾ। ਅਗਲੀ ਕੌਡੀ ਪਿੰਡ ਲੱਭੇ ਕੇ ਨਾਲ ਤਲਕ ਹੈ ਨੌਜਵਾਨ ਦਾ ਅੱਜ ਦੀ ਗਰਾਊਂਡ ਦਾ ਉੱਚਾ ਲੰਮਾ ਭਾਈ ਕੌਡੀ ਛਾਨੀ ਜੱਟ ਜੀ। ਹਾਂ ਜੀ, ਬਾਬਾ ਖਾਦਮ ਖੰਡਾ ਵਾਲਾ ਜਿੰਨੇ ਉਹਨਾਂ ਨਾਲ ਵੀ ਆਇਆ ਸੀ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਿਹਾ। ਉਸਤਾਦ ਜਮੀਲ ਮਿਓ ਸਰਿਆਲੀ ਵਾਲਾ ਉਹ ਵੀ ਸਾਡਾ ਉਸਤਾਦ ਹੈ, ਜ਼ਿੰਦਾਬਾਦ। ਲਓ ਛਾਨੀ ਜੱਟ ਜੀ, ਗੱਭਰੂ ਮਾਵਾਂ ਸ਼ੀਣੀਆਂ ਦੇ ਇੱਕ ਦੂਜੇ ਤੋਂ ਨਹੀਂ ਘੱਟ ਦੇਖੋ। ਹਾਂ ਜੀ, ਬਲਾਲ ਗੁੱਜਰ ਪਰ ਪੁਆਇੰਟ ਹੈ ਜੀ ਇਸ ਵੇਲੇ ਛਾਨੀ ਜੱਟ ਦਾ ਮਰਾਤਬ ਭੰਬਿਆਂ ਦੀ ਕਬੱਡੀ ਟੀਮ ਦੇ ਲਈ। ਅਗਲੀ ਰੇਡ ਲੱਡੂ ਭੱਟੀ ਤੇ ਕਮਾਈ ਕੀਤਿਆਂ ਸੱਜਣਾ ਦੌਲਤ ਮਿਲਦੀ ਤੇ ਸ਼ੋਹਰਤ ਮਿਲਦੀ ਹੈ ਨਾਲ ਮੁਕਦਰਾਂ ਦੇ। ਖੇਡਣ ਕਬੱਡੀਆਂ ਰੱਬ ਨੇ ਰੂਪ ਬਖਸ਼ੇ ਮਹਿੰਗੇ ਮੁੱਲ ਨੇ ਸ਼ੋਰਾਂ ਬੱਬਰਾਂ ਦੇ। ਹਾਂ ਜੀ, ਤੋਟੀ ਛੋਟੇ ਪਿੰਡੀਆਂ ਪਰ ਲੱਡੂ ਭੱਟੀ ਪਿੰਡ ਕੀਰਕੇ ਵਾਲਾ ਉਸਤਾਦ ਸ਼ਰੀਫ ਕਬੱਡੀ ਕਲੱਬ ਦਾ ਕਬੱਡਰ ਜ਼ਿੰਦਾਬਾਦ। ਸੋਲਾ ਪੁਆਇੰਟ। ਅਗਲੀਆਂ ਟੀਮਾਂ ਮੈਂ ਬਾਰ ਬਾਰ ਐਲਾਨ ਕਰ ਰਿਹਾ। ਕਰਾਮਤ ਟੀਮ ਭੰਗੜਾ ਵਾਲੀ ਟੀਮ ਕਿੱਟ ਕਰੋ ਤੇ ਸ਼ਾਦ ਗੁੱਜਰ ਸਾਧੂਗੀ ਵਾਲਾ ਮਿਹਰਬਾਨੀ ਟੀਮ ਨੂੰ ਕਿੱਟ ਕਰਾ ਲਓ। ਹਾਂ ਜੀ, ਰਾਣਾ ਮੋਨੀ ਲੱਗ ਗਿਆ ਜੀ, ਬਗਲ ਭਰੀ ਦਾ ਨੌਜਵਾਨ ਨੇ। ਲੋ ਕਹਿੰਦੇ ਸਾਡੇ ਦੋ ਜ਼ਿਲ੍ਹਿਆਂ ਦਾ ਟਾਪ ਦਾ ਜਾਫੀ, ਤਾੜੀ ਲਾਉਣੀ ਹੈ ਮੁੰਡੇ ਲਈ ਰਾਣਾ ਮੋਨੀ ਜੀ। ਹਾਂ ਜੀ, ਗੁੱਜਰ ਕਲੋਨੀ ਦਾ ਤਲਕ ਹੈ ਸਾਹ ਸ਼ਹੀਦ ਕਬੱਡੀ ਕਲੱਬ ਦਾ
ਪਾਪ ਦਾ ਜਾਪੀ ਜ਼ਿੰਦਾਬਾਦ ਅਗਲੀ ਕੌਡੀ ਫੈਸਲ ਬਿੱਲਾ ਹਾਂਜੀ ਫੈਸਲ ਆਬਾਦ ਨਾਲ ਤਲਾ ਕਾ ਨੌਜਵਾਨ ਦਾ ਕਬੱਡੀ ਚਾਰ ਜਾਫੀਆਂ ਦਾ ਪੌਦਾ ਜੀ ਥਾਨਾ ਜੱਟ ਪੁੱਟੀ ਪਾਉਣ ਦੀ ਕੋਸ਼ਿਸ਼ ਨੌਜਵਾਨ ਦੀ ਪਰ ਪੁਆਇੰਟ ਹੈ ਜੀ ਇਸ ਵੇਲੇ ਉਸਤਾਦ ਸ਼ਰੀਫ ਕਬੱਡੀ ਕਲੱਬ ਦਾ ਅੱਜ ਦਾ ਟੂਰਨਾਮੈਂਟ ਬਾਈ ਨਾਮਰਮਾਨ ਗੁੱਜਰ ਸਾਹਿਬ ਫੇਸਬੁੱਕ ਤੇ ਕਬੱਡੀ ਜਾਨ ਪੰਜਾਬੀਆਂ ਤੇ ਲਾਈਵ ਔਰ ਕਬੱਡੀ ਐਚ ਡੀ ਹੈ ਨਹੀਂ ਅਲਤਾਫ ਤਾਫਾ ਜੀ ਜ਼ਿੰਦਾਬਾਦ ਅਗਲੀ ਰੇਡ ਵਿੱਚ ਮੈਦਾਨ ਦੇ ਨੌਜਵਾਨ ਛੱਲੀ ਨਿਉ ਸ਼ਹਾਦਿਆਂ ਵਾਲਾ ਗੱਲ ਕਬੱਡੀ ਦੀ ਵਾਹ ਹੋਣ ਲੱਗੀ ਹੁਣ ਭੇਡੇ ਨੇ ਲਿਸ਼ਕ ਦੇ ਸਰੀਰ ਮਿੱਤਰੋ ਜਿੰਨੇ ਚੁੰਗੀਆਂ ਹੋਣੀਆਂ ਮੱਝਾਂ ਬੂਰੀਆਂ ਉਹੀ ਟੱਪੇਗਾ ਹੰਡਿਆਂ ਦੀ ਲਕੀਰ ਮਿੱਤਰੋ ਲੈ ਮਖਤਿਆਰਾ ਭੰਬਿਆਂ ਵਾਲਾ ਜੀ ਜੱਫਾ ਲਾਉਂਦਾ ਤਾੜੀ ਲਾਉਣੀ ਆ ਮੁੰਡੇ ਲਈ ਹੱਟ ਗੋਲੀ ਜੀ ਹਾਂ ਜੀ ਮਖਤਿਆਰ ਵੱਡੇ ਭੰਬਿਆਂ ਵਾਲਾ ਸੋਹਣਾ ਜੱਫਾ ਨੌਜਵਾਨ ਵਿੱਚ ਮੈਦਾਨ ਦੇ ਪੁਆਇੰਟ ਜੀ ਮਰਾਤ ਦੇ ਭੰਬਿਆਂ ਦੇ ਲਈ ਮਿਹਰਬਾਨੀ ਤਾਜ਼ੀ ਲਾਉਣੀ ਆ ਰਾਣਾ ਮੋਨੀ ਗਲੀ ਹੱਥ ਖੋਲ ਕੇ ਮਰਾ ਸੋਹਣਾ ਜੱਫਾ ਨੌਜਵਾਨ ਦੀ ਜਾਫੀ ਰਾਣਾ ਮੋਨੀ ਬਸ ਬਸ ਨਹੀਂ ਮਿਹਰਬਾਨੀ ਪਿਆਰ ਨਾਲ ਲੈ ਜੀ ਕਬੱਡਾ ਜੀ ਲੱਡੂ ਭੱਟੀ ਪਿੰਡ ਕੀਰਕੇ ਵਾਲਾ ਉਸਤਾਦ ਸ਼ਰੀਫ ਕਬੱਡੀ ਕਲੱਬ ਦੇ ਲਈ ਜਿੱਤਾਂ ਹਾਰਾਂ ਦੇ ਫੈਸਲੇ ਨਾ ਹੋਣ ਛੇਤੀ ਜ਼ੋਰ ਬਾਹਾਂ ਦੇ ਪੂਰੇ ਹੈ ਲਾਏ ਜਾਂਦੇ ਕਬੱਡਾ ਨੂੰ ਮਾਣ ਹੁੰਦਾ ਬਾਹਾਂ ਆਪਣੀਆਂ ਦੇ ਤੇ ਜੱਫੇ ਨਾਲ ਜੁਰਤਾਂ ਦੇ ਲਾਏ ਜਾਂਦੇ ਕਬੱਡਾ ਨੂੰ ਮਾਣ ਹੁੰਦਾ ਬਾਹਾਂ ਆਪਣੀਆਂ ਦੇ ਜੱਫੇ ਨਾਲ ਜੁਰਤਾਂ ਦੇ ਲਾਏ ਜਾਂਦੇ ਹਾਂਜੀ ਲੱਡੂ ਭੱਟੀ ਕੀਰਕੇ ਵਾਲਾ ਅੱਜ ਦਾ ਟੂਰਨਾਮੈਂਟ ਪਿੰਡ ਭੰਬਿਆਂ ਵਾਲਾ ਡਿਸਟ੍ਰਿਕਟ ਕਸੂਰ ਜੀ ਕਬੱਡੀ ਜਾਨ ਪੰਜਾਬੀਆਂ ਫੇਸਬੁੱਕ ਤੇ ਲਾਈਵ ਚੱਲਦਾ ਅੱਜ ਰਾਤ ਕਬੱਡੀ ਐਚ ਡੀ ਯੂਟਿਊਬ ਤੇ ਵੀ ਇਹ ਕੱਲ ਸਾਰੇ ਮੈਚ ਤੁਸੀਂ ਦੇਖੋਗੇ ਅੱਜ ਰਾਤ ਅਗਲੀਆਂ ਟੀਮਾਂ ਮੈਂ ਬਾਰ ਬਾਰ ਐਲਾਨ ਕਰ ਰਿਹਾ ਸ਼ਾਹ ਗੁਜਰ ਸਾਹਿਬ ਵਾਲਾ ਟੀਮ ਨੂੰ ਕਿੱਟ ਕਰਾਵੇ ਅੱਜ ਰਾਤ ਦੂਜੇ ਪਾਸੇ ਕਰਾਮਤ ਨੂੰ ਭੰਬਿਆਂ ਵਾਲਾ ਮਲਕ ਮੁਸਤਫਾ ਦੀ ਟੀਮ ਨੂੰ ਕਿੱਟ ਕਰਾਓ ਮਿਹਰਬਾਨੀ ਕੁਛ ਗੱਭਰੂ ਨੌਜਵਾਨ ਕਬੱਡੀ ਚਾਰ ਜਾਪੀਆਂ ਦੇ ਜੋ ਤੇ ਮੰਤਰ ਕੀਲ ਦਾ ਨਾਗ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ ਹਾਂਜੀ ਫਾਨਾ ਜੱਟ ਸਰੈਚਾ ਵਾਲਾ ਹਾਂਜੀ ਲੰਮੇ ਕੱਦ ਦਾ ਜਾਪੀ ਲੇਕਿਨ ਛੱਲੀ ਮਿਉ ਸ਼ਹਾਦਿਆਂ ਦਾ ਜੀ ਮਿੱਤਰਾ ਸੋਹਣਾ ਪੈਣਾ ਜੀ ਮਤਾ ਕਬੱਡੀ ਚਾਰ ਜਾਪੀਆਂ ਤੇ ਤਸਲੀਮ ਬਲਾਲ ਗੁੱਜਰ ਰਾਣਾ ਮੋਨੀ ਹੀਰਾ ਭੱਟੀ ਚਬਰਾ ਵਾਲਾ ਚਾਰ ਜਾਪੀ ਨੇ ਲੈ ਬਲਾਲ ਗੁੱਜਰ ਲੱਗ ਗਿਆ ਜੀ ਕਲੋਨੀ ਵਾਲਾ ਹਾਂਜੀ ਛਾਨੀ ਜੱਟ ਹੈ ਜੀ ਲੰਮਾ ਕਾਦਾ ਨੌਜਵਾਨ ਦਾ ਲੰਮੀ ਭਾਗ ਨੌਜਵਾਨ ਦੀ ਸੋਹਣਾ ਪੁਆਇੰਟ ਵਿੱਚ ਮੈਦਾਨ ਦੇ ਮਨਾਤ ਭੰਬਿਆਂ ਦੇ ਲਈ ਹਾਂਜੀ ਹਾਜੀ ਨਵੀਦ ਗਿੱਲ
ਸ਼ਕੀਰ ਭਰਾਲ ਅਮਰ ਔਰ ਬਿਸ਼ਵਾਸ ਪੁੱਜ ਰੈਫਰੀ ਸਾਬਤ ਭਰਾਲ ਸੈਂਟਰ ਰੈਫਰੀ ਆਪ ਮਰਹੂਮ ਦੇ ਨਾਮੇ ਅੱਜ ਦੀ ਕਬੱਡੀ ਦੀ ਟੂਰਨਾਮੈਂਟ। ਹਾਂਜੀ ਮਸਤਿਆਰਾ ਧੰਬਿਆ ਵਾਲਾ, ਹਾਂਜੀ ਖੁੱਚ ਫੜਦਾ ਨੌਜਵਾਨ ਨਿਕਲੇ ਜੀ ਲੱਡੂ ਪਿੰਡ ਕੀਰਕਿਆਲ ਦਾ ਪੁਆਇੰਟ ਉਸਤਾਦ ਸ਼ਰੀਫ ਕਬੱਡੀ ਕਲੱਬ ਦੀ। ਹਾਂਜੀ ਕਬੱਡੀ ਫਿਰ ਨੌਜਵਾਨ ਵਿੱਚ ਮੈਦਾਨ ਦੇ ਕੋਈ ਕੋਈ ਭਜਾ ਕੇ ਗਿੱਟਾ ਚੁੱਕਦਾ ਹੈ, ਕੋਈ ਆਪਣੇ ਦਾਗ ਨਾਲ ਪੁੱਟਦਾ ਹੈ, ਪਤਾ ਲੱਗਦਾ ਹੈ ਮਿਹਨਤਾਂ ਕੀਤੀਆਂ ਦਾ, ਕੌਣ ਕਬੱਡੀ ਦਾ ਕੱਪ ਚੁੱਕਦਾ ਹੈ ਪਤਾ ਲੱਗਦਾ ਹੈ ਮਿਹਨਤਾਂ ਕੀਤੀਆਂ। ਹਾਂਜੀ ਲਗਭਗ ਭਰ ਕੇ ਛੀ ਮਾਰਦਾ ਨੌਜਵਾਨ ਪਿੰਡ ਦੋਨਾ ਤਲਕ ਹੈ ਉਸਤਾਦ ਸ਼ਰੀਫ ਕਬੱਡੀ ਕਲੱਬ ਦਾ ਜਾਫੀ। ਹਾਂਜੀ ਤੀਸ ਕਿੰਡ ਪੂਰੇ ਜੀ ਸੋਹਣਾ ਜੱਫਾ ਮੁੰਡੇ ਦਾ ਇਸ ਉਸਤਾਦ ਸ਼ਰੀਫ ਕਬੱਡੀ ਕਲੱਬ ਦੀ ਅਗਲੀ ਕੌਡੀ ਫੈਸਲਾਬਾਦ ਦਾ ਤਲਕ ਹੈ ਲਾਲਾ ਕਬੱਡੀ ਕਲੱਬ ਨਾਲ ਨੌਜਵਾਨ ਕੌਡੀ ਖੇਡਦਾ ਫੈਸਲ ਬੁੱਲਾ ਜੀ ਵੀ ਪੰਜਾਬ ਪਾਕ ਆਰਮੀ ਦੀ ਯੂਨਿਟ ਹੈ ਔਰ ਜਨਾਬ ਲਾਲੇ ਸਗੀਰ ਵਰਗੇ ਇਸ ਪੰਜਾਬ ਦੇ ਗੱਭਰੂ ਦੀ ਹੱਕ ਦੇ ਸਜਦੇ। ਹਾਂਜੀ ਫਰਮਾ ਜੱਟ ਫਰੋਚਾ ਵਾਲਾ ਲੈ ਹੁਣ ਕਹਿੰਦੇ ਜੀ ਜੋਰ ਇੱਕੋ ਜਿਹਾ ਹੈ ਤਾਰੀ ਲਾਉਣੀ ਹੈ ਫੈਸਲ ਬਿੱਲਾ। ਹਾਂਜੀ ਜ਼ਿੰਦਾਬਾਦ ਜੀ ਫੈਸਲ ਬਿੱਲਾ ਸੋਲਾ ਪੁਆਇੰਟ ਸ਼ਰੀਫ ਕਬੱਡੀ ਕਲੱਬ ਦੇ ਲਈ ਅਗਲੀ ਕੌਡੀ ਕਬੱਡੀ ਨੌਜਵਾਨ ਵਿੱਚ ਮੈਦਾਨ ਦੇ ਹਾਂਜੀ ਬਿਲਾਲ ਗੁੱਜਰ ਖਾਲਿਦ ਗੁੱਜਰ ਫਾਤਰ ਕਾਸਮ ਗੁੱਜਰ ਹਰੀ ਉਸਤਾਦ ਰਾਜ ਜੱਟ ਹੋਰਾਂ ਦੇ ਕਲੱਬ ਵੱਲੋਂ ਖੇਡਦਾ ਮੁੰਡਾ ਇਸ ਨੂੰ ਉਸਤਾਦ ਸ਼ਰੀਫ ਹੋਰਾਂ ਦੇ ਕਲੱਬ ਦੇ ਲਈ ਆਪ ਦਾ ਜੱਫਾ ਲਾਉਂਦਾ ਨੌਜਵਾਨ ਲਾਲ ਗੁੱਜਰ ਜੀ। ਹੈ ਜੀ ਤਾੜੀ ਲਾਓ ਜੀ ਇੱਕ ਵਾਰੀ ਹੱਥ ਖੋਲ ਕੇ ਮੁੰਡੇ ਦੇ ਲਈ ਸੋਹਣਾ ਜੱਫਾ ਲਾਲ ਗੁੱਜਰ ਜੀ ਉਸਤਾਦ ਸ਼ਰੀਫ ਕਬੱਡੀ ਕਲੱਬ ਦੇ ਲਈ। ਹੈ ਜੀ ਬਾਈ ਐਚ ਡੀ ਆਰ ਫੇਸਬੁੱਕ ਤੇ ਕਬੱਡੀ ਜਾਣ ਪੰਜਾਬੀਆਂ ਦੇ ਫੇਸਬੁੱਕ ਤੇ ਲਾਈਵ ਕਬੱਡੀ ਦਾ ਖੇਡ ਮੇਲਾ ਪਿੰਡ ਭੰਬਾ ਡਿਸਟ੍ਰਿਕਟ ਕਸੂਰ ਆਪਦ ਮਰਹੂਮ ਦੇ ਨਾਮੇ ਅੱਜ ਦੀ ਟੂਰਨ। ਹਾਂਜੀ ਅਰਫਾਨ ਜੀ ਪੰਜਾਬ ਪੁਲਿਸ ਦਾ ਤਲਕ ਹੈ ਨੌਜਵਾਨ ਦਾ ਭਰਵਾ ਜੁੱਸਾ ਤਜਰਬੇ ਕਾਰ ਖਿਡਾਰੀ ਲੇਕਿਨ ਛੱਲੀ ਨਹੀਂ ਸ਼ਰਾਬਿਆਂ ਦਾ ਮਤਾਬ ਕਲੱਬ ਦੇ ਲਈ ਜੋੜਦਾ ਨੌਜਵਾਨ ਬੜੀ ਮਿਹਰਬਾਨੀ ਕਾਲਾ ਭਲਾਨ ਜੀ ਜਹਾਨ ਮੈਨੂੰ ਭਲਾਨ ਦਾ ਚਾਚਾ ਬੜੀ ਮਿਹਰਬਾਨੀ ਹੌਸਲਾ ਜੀ ਮੈਨੂੰ ਅਨਾਊਂਸਰ ਨੂੰ ਬੜੀ ਮਿਹਰਬਾਨੀ ਔਰ ਜਨਾਬ ਛਾਨੀ ਜੀ ਕਮਾਲ ਦੀ ਜਵਾਨੀ ਨੌਜਵਾਨ ਦੀ ਤੀਆਂ ਸਟੇਟਾਂ ਦੀ ਮਹਤਾਜ ਕਬੱਡੀ ਦਾ ਖੇਡ ਮੇਲਾ ਲੈ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ ਫੈਸਲ ਕਿੱਥੇ ਆ ਫੈਸਲ ਪਹਿਲੇ ਹਾਫ ਦੇ ਚਾਰ ਮਿੰਟ ਰਹਿ ਗਏ ਜੀ ਜੀ ਉਹ ਬੱਟਾ। ਹਾਂਜੀ ਫੈਸਲ ਜਿੱਥੇ ਹੋ ਗਿਆ ਤਿੰਨ ਮਿੰਟ ਰਹਿ ਗਏ ਪਹਿਲੇ ਹਾਫ ਦੇ ਵਿੱਚ ਫੈਸਲ ਜਿੱਥੇ ਹੈਗਾ ਦੋਵੇਂ ਟੀਮਾਂ ਦੇ ਪਿੱਛੇ ਹੋ ਜਾਓ ਹਾਂਜੀ ਲੱਡੂ ਪੱਟੀ ਕੀਰਕਿਆਲਾ ਸੋਲਾ ਪੁਆਇੰਟ ਹੈ ਜੀ ਇਸ ਵੇਲੇ ਵਿੱਚ ਮੈਦਾਨ ਦੇ ਔਰ ਜਨਾਬ ਅਗਲੀ ਕਬੱਡੀ ਫਿਰ ਵਿੱਚ ਮੈਦਾਨ ਦੇ ਪੌਦਾ ਚਾਰ ਜਾਤੀਆਂ ਦੇ ਜਿੱਤਾਂ ਹਾਰਾਂ ਦੇ ਫੈਸਲੇ ਨੇ ਹੁਣ ਚੁੱਕੀ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਤੋਂ ਹਰ ਕੋਈ ਰੱਖ ਕਬੱਡੀ ਨੂੰ ਮਿਲਿਆ ਹੈ ਰੁਤਬਾ ਕਮਾਲ ਮਿੱਤਰੋ ਬੜੀ 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 ਸ਼ਪਾਲ ਭੋਜੋ ਜੀ ਸਾਬਕਾ ਕਬੱਡੀ ਗ੍ਰੈਜੂਏਟ ਦੀ ਮਈ ਕਮੈਂਡੇਟਰ ਨੂੰ ਔਰ ਜਨਾਬ ਰਾਣੇ ਮੋਨੀ ਵਰਗੇ ਬਲਾਲ ਗੁੱਜਰ ਵਰਗੇ ਸਾਡੇ ਦੋ ਜ਼ਿਲ੍ਹਿਆਂ ਦੇ ਟਾਪ ਦੇ ਜਾਫੀ ਨੇ। ਹਾਂਜੀ ਰਾਣਾ ਮੋਨੀ ਜੀ ਇਸ ਵੇਲੇ ਕਹਿੰਦੇ ਵੀ ਲਾਉਂਦਾ ਟਾਪ ਦਾ ਜੱਫਾ ਉਹ ਲਾਟੇ ਵਾਲੇ ਜਿਹੜੇ ਮੁੰਡੇ ਦੀਆਂ ਜੱਫੇ ਪਸੰਦ ਆ ਤੇ ਇੱਕ ਵਾਰੀ ਤਾੜੀ ਲਾਉਣੀ ਹੱਥ ਖੋਲ ਕੇ ਮੁੰਡੇ ਦੇ ਲਈ ਦੀਆਂ ਰੇਡਾਂ ਟਾਪ ਦੇ ਜੱਫੇ ਵਿੱਚ ਮੈਦਾਨ ਦੇ ਹਾਜੀ ਨਵੀਨ ਗਿੱਲ ਸ਼ਕੀਰ ਭਰਾਨ ਅਸ਼ਫਾਕ ਭੋਜਲ ਸਾਜਿਦ ਭਰਾਨ ਔਰ ਜਨਾਬ ਆਮਰ ਸਾਡੇ ਚਾਰ ਅਫੀਸ਼ਲ ਵੀਰ ਨੇ ਕਬੱਡੀ ਇੰਤਜ਼ਾਮੀਆ ਫੈਸਲ ਭਰਾਨ ਜੀ ਵੱਡੇ ਭੁੰਡੇ ਵਾਲਾ। ਹਾਂਜੀ ਫੈਸਲ ਬਿੱਲਾ ਤੇ ਬਾਲਾ ਜੱਟ ਫਰੈਸ਼ ਵਾਲਾ ਬਿਸਮਿਲਾ ਹਾਂਜੀ ਘੋੜੇ ਭੱਜ ਗਏ ਨੇ ਸ਼ਰਮਾ ਆਪਣੀਆਂ ਨੂੰ ਲੱਗਾ ਵਾਲੇ ਲੱਗਾ ਪਾ ਲੈਂਦੇ ਤਾਰੀ ਲਾਉਣੀ ਇੱਕ ਵਾਰੀ ਦੋਵੇਂ ਮੁੰਡਿਆਂ ਨਾਲ ਹੋ ਗਏ ਫੈਸਲ ਬਿੱਲਾ ਬਾਲਾ ਜੱਟ ਫਰੈਸ਼ ਵਾਲਾ ਜੱਫਾ ਹੋ ਗਿਆ ਜੀ।
ਬਾਬਾ ਜੀ ਸੋਹਣਾ ਜੱਥਾ ਪਾਨਾ ਜੱਟ ਫੈਸਲਾ ਇਸ ਵੇਲੇ ਵਿੱਚ ਮੈਦਾਨ ਦੇ ਪੁਆਇੰਟ ਜੋੜਦਾ ਮੁਰਾਕਬ ਭਾਂ ਜੀ ਕਪਤਾਨ ਹੈ ਜੀ ਟੀਮ ਦਾ ਮੁਰਾਕਬ ਪੰਜਾਬ ਪੁਲਿਸ ਵਾਲਾ ਨੌਜਵਾਨ ਸਵਾਦ ਵਾਲਾ ਜੱਫਾ ਵਿੱਚ ਮੈਦਾਨ ਦੇ ਸਾਬਕਾ ਕਬੱਡੀ ਪਲੇਅਰ ਜਿੰਨੇ ਆਇਆ ਸਾਡੇ ਸਟਾਫ ਨੇ ਜ਼ਿੰਦਾਬਾਦ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਰਿਹਾ ਲਓ ਛੱਲੀ ਸ਼ਰਾਬੇ ਹਾਂ ਜੀ ਟੋਪੀ ਛੋਟੇ ਭੰਬਿਆਂ ਵਾਲਾ ਪਰ ਛੱਲੀ ਮਿਉ ਸ਼ਰਾਬੇ ਵਾਲਾ ਲਓ ਜੀ ਆਖਰੀ ਕੌਡੀ ਅਨਵੀਰ ਗਿੱਲ ਭਾਈ ਸ਼ਕੀਲ ਆਖਰੀ ਕੌਡੀ ਜੀ ਪਹਿਲੇ ਹੱਥ ਦੀ ਮੁਕੰਮਲ ਉੱਧਰ ਕੈਮਰਾ ਕਰ ਮੁਕੰਮਲ ਹਾਂਜੀ ਮਾਲਾ ਸ਼ੌਕਰੀ ਮੇਰੇ ਕੋਲ ਸਾਫ ਕਰਨ ਦਾ ਆਖਰੀ ਕੌਡੀ ਨੌਜਵਾਨ ਕਬੱਡੀ ਦਾ ਨਾਮ ਹੈ ਜੀ ਸ਼ਾਹੀ ਜੱਟ ਅਗਲੀਆਂ ਟੀਮਾਂ ਸ਼ਾਹ ਗੁੱਜਰ ਮਿਹਰਬਾਨੀ ਤੇ ਮੁਸਤਫਾ ਕਰਾਮਤ ਟੀਮ ਕਬੱਡੀ ਕਲੱਬ ਦੀ ਹਾਂਜੀ ਲਓ ਜੀ ਹਾਂਜੀ ਹਾਂਜੀ ਮੁਰਾਕਬ ਹੈ ਜੀ ਛੋਟੇ ਭੰਡੇ ਵਾਲਾ ਇਹ ਆਪਣਾ ਮੁਰਾਕਬ ਇਹ ਮੁੰਡੇ ਦਾ ਬਾਈ ਨਾਮ ਇਹ ਮੁੰਡਾ ਰਮਨ ਬਾਲਪੁਰਾ ਛੋਟਾ ਹਾਂਜੀ ਠੰਡਾ ਜੱਟ ਸੈਤਲਾ ਜੀ ਜੱਥਾ ਨੌਜਵਾਨਾਂ ਵਿੱਚ ਮਿਲਾਉਂਦੇ ਮੁਰਾਕਬ ਦੇ ਲਈ ਸਾਰੇ ਫਰਕ ਮੋਬਾਈਲ ਫਰਕ ਇਹਨੂੰ ਫੜਾ ਦੇ ਮੁਰਾਕਬ ਸਫਿਆਨ ਉਹਨੂੰ ਮੁੰਡੇ ਮੋਬਾਈਲ ਫੜਾ ਦੇ ਪਿਛਲੇ ਸਾਨੂੰ ਥੋੜ੍ਹਾ ਉੱਤੇ ਹੋ ਕੇ ਹਾਂ ਜੀ ਇੱਧਰ ਆ ਜੀ ਹੀਰਾ ਪੱਟੀ ਤੇ ਤਾਫਾ ਭੰਬਿਆ ਵਾਲਾ ਫੈਸਲ ਭੰਬਿਆ ਵਾਲਾ ਜਿੱਥੇ ਮੇਰੇ ਕੋਲ ਆਵੇ ਸਟੇਜ ਤੇ ਹਾਂ ਜੀ ਛੱਲੀ ਸ਼ਰਾਬੇ ਵਾਲਾ ਜੀ ਛੱਲੀ ਮੇਰ ਸ਼ਰਾਬੇ ਵਾਲਾ ਜੀ ਫੇਸਬੁੱਕ ਤੇ ਕਬੱਡੀ ਜਾਣ ਪੰਜਾਬੀਆਂ ਦੇ ਲਾਈਵ ਕਬੱਡੀ ਦਾ ਖੇਡ ਮੇਲਾ ਹਾਂ ਜੀ ਬੜੀ ਮਿਹਰਬਾਨੀ ਨਮਸਕਾਰ ਜੀ ਹੌਸਲਾ ਜੀ ਮੈਨੂੰ ਕਮੈਂਟੇਟਰ ਬੜੀ ਮਿਹਰਬਾਨੀ ਛੱਲੀ ਮੇਰ ਸ਼ਰਾਬੇ ਵਾਲਾ ਹਾਂ ਜੀ ਕਬੱਡੀ ਐਚ ਡੀ ਤੇ ਲਾਈਵ ਔਰ ਜਿਹੜਾ ਨਾਲ ਕਹਿੰਦੇ ਜੀ ਕਬੱਡੀ ਜਾਣ ਪੰਜਾਬੀਆਂ ਦੇ ਫੇਸਬੁੱਕ ਤੇ ਲਾਈਵ ਭੰਬਿਆਂ ਦਾ ਕਬੱਡੀ ਦਾ ਖੇਡ ਮੇਲਾ ਸੈਕਿੰਡ ਹਾਫ ਵਿੱਚ ਮੈਦਾਨ ਦੇ ਮੁਰਾਕਬ ਹੈ ਜੀ ਪੰਜਾਬ ਪੁਲਿਸ ਨਾਲ ਤਲਕ ਦਾ ਨੌਜਵਾਨ ਦਾ ਲਓ ਵਿੱਚ ਮੈਦਾਨ ਦੇ ਹਾਂ ਜੀ ਕੱਲੇ ਨੂੰ ਕੱਲਾ ਇਸ ਵੇਲੇ ਕੌਡੀ ਬਗਲ ਭਰਦਾ ਨੌਜਵਾਨ ਲਓ ਕੈਂਚੀ ਮਾਰਨ ਦੀ ਕੋਸ਼ਿਸ਼ ਵਿੱਚ ਮੈਦਾਨ ਦੇ ਭਰਤੀਆਂ ਸਕਿੰਡਾਂ ਦੀ ਮਹਤਾਜ ਕਬੱਡੀ ਦਾ ਖੇਡ ਮੇਲਾ ਤੇ ਮੇਰਾ ਰੱਬ ਹੈ ਰੱਬ ਸੋਹਣਾ ਉਹਦੇ ਨਾਮ ਨੂੰ ਸਿਫਤਾਂ ਸਾਰੀਆਂ ਨੇ ਉਹਨੇ ਕਦੇ ਨੀ ਤੋੜਾਂ ਦਿੱਤੀ ਭਾਵੇਂ ਲੱਖ ਮਹਿ ਮੇਰਾ ਰੱਬ ਹੈ ਰੱਬ ਸੋਹਣਾ ਦੇ ਨਾਮ ਨੂੰ ਸਿਫਤਾਂ ਸਾਰੀਆਂ ਨੇ ਉਹਨੇ ਕਦੇ ਨੀ ਤੋੜਾਂ ਦਿੱਤੀ ਭਾਵੇਂ ਲੱਖ ਮਹਿੰਤਾ ਸਾਰੀਆਂ ਨੇ ਮੈਂ ਲੱਗੋ ਭੱਟੀ ਹੈ ਜੀ ਕਬੱਡੀ ਨੌਜਵਾਨ ਉਸਤਾਦ ਸ਼ਰੀਫ ਕਬੱਡੀ ਕਲੱਬ ਦਾ ਨੌਜਵਾਨ ਮੈਂ ਬਦਲੀ ਭੰਬਿਆਂ ਵਾਲਾ ਔਰ ਪੁਆਇੰਟ ਹੈ ਜੀ ਲੱਗੋ ਭੱਟੀ ਦਾ ਇਸ ਵੇਲੇ ਉਸਤਾਦ ਸ਼ਰੀਫ ਕਬੱਡੀ ਕਲੱਬ ਦੇ ਲਈ ਅਗਲੀਆਂ ਟੀਮਾਂ ਮੈਂ ਬਾਰ ਬਾਰ ਮਿੰਤ ਕਰਨਾ ਭਾਈ ਜੀ ਦੋਵੇਂ ਟੀਮਾਂ ਅਗਲੀਆਂ ਆ ਜਾਓ ਤੀਜਾ ਮੈਚ ਉਸਤਾਦ ਅਹਿਮਦ ਡੋਗਰ ਬਾ ਮੁਕਾਬਲਾ ਹੱਲੜ ਕੇ ਜਿਹੜਾ ਤੀਜਾ ਮੈਚ ਹੋਣਾ ਹਾਂ ਜੀ ਬਲਾਲ ਗੁੱਜਰ ਜੀ ਸੋਹਣਾ ਜੱਫਾ ਨੌਜਵਾਨ ਦਾ ਛੱਲੀ ਮਿਉ ਤੇ ਚੜ੍ਹਦੇ ਸੂਰਜ ਨੂੰ ਦੁਨੀਆਂ ਸਲਾਮ ਕਰਦੀ ਚਰਚੇ ਵਿੱਚ ਮੈਦਾਨ ਗੱਭਰੂਆਂ ਦੇ ਹੋਣ ਲੱਗੇ ਖਾਧੀਆਂ ਖੁਰਾਕਾਂ ਦੀ ਕਦੇ ਨੀ ਥੋੜ ਆਈ ਤੇ ਗੱਭਰੂ ਵਿੱਚ ਮੈਦਾਨ ਦੇ ਹੋਏ ਸਿੰਘ ਫਸਾਉਣ ਲੱਗੇ ਖੁਰਾਕਾਂ ਖਾਧੀਆਂ ਦੀ ਕਦੇ ਨੀ ਥੋੜ ਆਈ ਤੇ ਗੱਭਰੂ ਵਿੱਚ ਮੈਦਾਨ ਦੇ ਹੋਏ ਸਿੰਘ ਫਸਾਉਣ ਲੱਗੇ ਅਗਲੀ ਕੌਡੀ ਕਬੱਡੀ ਦਾ ਨੌਜਵਾਨ ਅਲਤਾਫ ਭਲਵਾਨ ਪਿੰਡ ਭੰਬਿਆਂ ਦਾ ਤਲਕ ਹੈ ਜੀ ਹਾਂਜੀ ਸਾਹ ਡੋਗਰ
ਫਾਹਦ ਡੁੱਗੇ ਜੀ ਜਾਪੀ ਨੌਜਵਾਨ ਪੱਟ ਚੀਰਿਆ ਨੌਜਵਾਨ ਨੇ ਔਰ ਇਸ ਵੇਲੇ ਵਿੱਚ ਮੈਦਾਨ ਦੇ ਅਲਤਾਫ ਭਰਾਨ ਆਪਦਾ ਜ਼ੋਰ ਲਾਉਂਦਾ ਔਰ ਜਨਾਬ ਫਾਹਦ ਡੋਗਰ ਆਪਣੇ ਉਸਤਾਦਾਂ ਦਾ ਗੌਰਵ ਲਾਉਂਦਾ ਵਿੱਚ ਮੈਦਾਨ ਦੇ ਨੌਜਵਾਨ ਘੱਟ ਉਮਰ ਦਾ ਜਾਪੀ ਫਾਹਦ ਡੋਗਰ ਹੈ ਜੀ ਸੋਹਣਾ ਜੱਬਾ ਡੋਗਰ ਦਾ ਫੈਸਲੇ ਕੀ ਆ ਮੇਰੇ ਕੋਲ ਫੈਸਲਾ ਵਾਲਾ
ਹਾਂ ਜੀ ਛੱਡ ਦੇ ਸੂਰਜ ਡੁੱਬਦੇ ਵੇਖੇ, ਦੋ ਮਿੰਟ ਬਾਕੀ ਨੇ ਜੀ ਸੈਕਿੰਡ ਹਾਫ ਦੇ, ਛੱਡ ਦੇ ਸੂਰਜ ਡੁੱਬਦੇ ਵੇਖੇ, ਬੁੱਜ ਨੂੰ ਦੀਵੇ ਬਲਦੇ ਵੇਖੇ, ਹੀਰੇ ਦਾ ਕੋਈ ਮੁੱਲ ਨਾ ਪੈਵੇ, ਇੱਥੇ ਖੋਟੇ ਸਿੱਕੇ ਚੱਲਦੇ ਵੇਖੇ, ਜਿੰਨਾ ਦਾ ਨਹੀਂ ਕੁਛ ਜੱਗ ਉੱਤੇ ਬੁੱਲੇ ਸ਼ਾਹ ਪੁੱਤਰ ਜੀ ਪਾਲਦੇ ਵੇਖੇ, ਤਗੜੀ ਰੇਡ ਫੇਸਬੁੱਕ ਤੇ ਕਬੱਡੀ ਜਾਣ ਪੰਜਾਬੀਆਂ ਦੇ ਲਾਈਵ ਕਬੱਡੀ ਦਾ ਖੇਡ ਮੇਲਾ, ਔਰ ਜਨਾਬ ਯੂਟਿਊਬ ਕਬੱਡੀ ਐਚ ਡੀ ਚੈਨਲ ਖੇਡ ਦਾ ਮੇਲ ਵਿੱਚ ਮਨਾ ਦੇ ਹਾਂਜੀ ਲਓ ਜੀ ਇੰਤਜ਼ਾਮੀਆਂ ਵੱਲੋਂ ਐਲਾਨ ਹੈ, ਅਗਰ ਇਸ਼ਾਦ ਗੁੱਜਰ ਦੀ ਤੇ ਥਿਲੂ ਦੀ ਇਕੱਠੀ ਟੀਮ ਹੈ ਜਿਹਦੇ ਨਾਲ ਖਿੱਚੇ ਨੇ, ਉਹ ਵੀ ਟੀਮਾਂ ਵੱਖ ਵੱਖਰੀਆਂ ਹੋਣਗੀਆਂ। ਹਾਂ ਜੀ ਮਰਾਤਬਾ ਜੀ ਮੰਨੀ ਦਾ ਛੋਟਾ ਜਿਹੜਾ ਨੌਜਵਾਨ ਛੋਟੇ ਪੰਡਿਆਲਾ ਪੁਆਇੰਟ ਹੈ ਜੀ, ਇਸ ਵੇਲੇ ਉਸਤਾਦ ਸ਼ਰੀਫ ਕਬੱਡੀ ਕਲੱਬ ਇੰਤਜ਼ਾਮੀਆਂ ਵੱਲੋਂ ਐਲਾਨ ਹੈ ਬਾਰ ਬਾਰ ਵੀ ਇਸ਼ਾਦ ਗੁੱਜਰ ਤੇ ਵੱਖਰੀ ਟੀਮ ਹੈ, ਕਰਾਮਤ ਥਿਲੂ ਦੀ ਵੱਖਰੀ ਟੀਮ ਹੈ, ਇਕੱਠੀ ਹੋ ਕੇ ਆਈਆਂ ਤੇ ਫਿਰ ਆਉਂਦੇ ਵੀ ਅਸੀਂ ਪ੍ਰੋਬਲਮ ਕਰਾਂਗੇ। ਹਾਂ ਜੀ ਹਾਜੀ ਨਵੀਦ ਗਿੱਲ ਦਾ ਫੈਸਲਾ, ਲਓ ਜੀ ਆਖਰੀ ਕਬੱਡੀ ਹੈ ਜੀ ਪੁਆਇੰਟ ਕਬੱਡੀ ਦੇ, ਹਾਂਜੀ ਆਖਰੀ ਕਬੱਡੀ ਜੀ, ਆਖਰੀ ਕਬੱਡੀ ਲੱਡੂ ਭੱਟੀ ਆ ਨੌਜਵਾਨ ਵਿਸ਼ਵਨ, ਅਗਲੀਆਂ ਟੀਮਾਂ ਮੈਂ ਮੈਚ ਸ਼ੁਰੂ ਨਹੀਂ ਸੀ ਹੋਇਆ ਤੇ ਐਲਾਨ ਕਰਨ ਦਿਆਂ ਸਾ, ਹੱਥ ਜਿਹੜੇ ਨੇ ਮਿਹਰਬਾਨੀ ਛੇਤੀ ਗਰਾਊਂਡ ਦੇ ਵਿੱਚ ਆ ਜਾਓ।